ਅਗਰ ਕਿਉਂ ਨਹੀਂ ਅਮਰ ਦੇਵੀ, ਅਗਰ ਅਸੀਂ ਇਹਨੂੰ ਸਿਰੇ ਪਰਿਵਰਤਨ ਕਰਾਂਗੇ ਤਾਂ ਇਹ ਬੱਚੇ ਦੇ ਉੱਤੇ ਪਰਿਵਰਤਨ ਕਰਨ ਦਾ ਅਸੀਂ ਆਟੋਮੈਟਿਕ ਨਹੀਂ ਹੀ ਪ੍ਰੋਬਲਮ ਛੁੱਟ। ਨਹੀਂ ਨਹੀਂ ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਹੈਗਾ। ਤੁਸੀਂ ਅੱਜ ਦੇ ਕਾਲਜ ਦੇ ਵਿੱਚ ਦੇਖੋ, ਨੋ ਡਾਊਟ ਟੀਚਰ ਮੋਬਾਈਲ ਲੈ ਜਾਂਦੇ ਨੇ ਜੀ, ਪਰ ਉਹਨਾਂ ਨੂੰ ਸਟ੍ਰਿਕਟ ਇੰਸਟਰਕਸ਼ਨ, ਹਾਲਾਂਕਿ ਗਵਰਨਮੈਂਟ ਵੱਲੋਂ ਤਾਂ ਹੈ ਹੀ ਹੈ ਬੱਚਿਆਂ ਨੂੰ ਮੋਬਾਈਲ ਨਹੀਂ ਲੈ ਕੇ ਜਾਣੇ ਜੀ, ਪਰ ਉਹਨਾਂ ਨੂੰ ਮੈਨੇਜਮੈਂਟ ਵੱਲੋਂ ਵੀ ਇੰਸਟਰਕਸ਼ਨ ਹੈਗੇ ਆ, ਤੇ ਉਹਨਾਂ ਦੀ ਆਪਣੀ ਚਲੋ ਵੀ ਇੱਕ ਅੰਦਰੋਂ ਆਵਾਜ਼ ਆਉਣੀ ਚਾਹੀਦੀ। ਹਾਂ ਵੀ ਜੇ ਤੁਸੀਂ ਦੂਸਰੇ ਨੂੰ ਮਨਾ ਕਰੇ, ਯੂ ਮਸਟ ਸੈਟ ਐਗਜ਼ਾਮਪਲ ਫੋਰ ਦੈਮ, ਤੇ ਤੁਸੀਂ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਸੈਟ ਕਰਨੀ, ਤਾਂ ਇਸ ਕਰਕੇ ਕੋਸ਼ਿਸ਼ ਕੀਤੀ ਜਾਂਦੀ, ਯਾਨੀ ਕਿ ਜਿੰਨਾ ਜ਼ਿਆਦਾ ਜ਼ਿਆਦਾ ਹੋ ਸਕੇ ਵੀ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਕਿ ਘੱਟੋ ਘੱਟ ਅਸੀਂ ਬੱਚਿਆਂ ਸਾਹਮਣੇ ਇੱਕ ਐਗਜ਼ਾਮਪਲ ਸੈਟ ਕਰ ਸਕੀਏ, ਤਾਂ ਬੱਚੇ ਵੀ ਕਹਿਣ ਹਾਂ ਵੀ ਸਾਡੇ ਟੀਚਰ ਮੋਬਾਈਲ ਯੂਜ਼ ਨਹੀਂ ਕਰਦੇ, ਤਾਂ ਅਸੀਂ ਮੋਬਾਈਲ ਯੂਜ਼ ਨਾ ਕਰੀਏ ਜੀ ਜੀ, ਪਰ ਹੁੰਦਾ ਨਹੀਂ ਮੈਂ, ਪਰ ਜ਼ਿਆਦਾਤਰ ਮੈਂ ਦੇਖਿਆ ਤਾਂ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਜੀ, ਉਹ ਹੁੰਦਾ ਇੱਦਾਂ ਹੀ ਹੁੰਦਾ, ਪਰ ਹਜੇ ਵੀ ਪਰ ਚਲੋ ਵੀ 70% ਇੰਪਲੀਮੈਂਟ ਹੋ ਗਿਆ, 30% ਅਜੇ ਵੀ ਜ਼ਿਆਦਾ ਵਰਕ ਹੈਗਾ ਜਿਹੜਾ ਕਿ ਇਸ ਗੱਲ ਤੇ ਲਾਗੂ ਨਹੀਂ ਹੁੰਦਾ, ਜਿਸ ਨੂੰ ਸਟੂਡੈਂਟ ਫੋਲੋ ਕਰਦੇ ਨੇ ਤੇ ਜਿਸ ਕਰਕੇ ਸਟੂਡੈਂਟ ਮੋਬਾਈਲ ਲਿਆਉਂਦੇ, ਤੇ ਉਹ ਐਗਜ਼ਾਮਪਲ ਸੈੱਟ ਹੋ ਜਾਂਦੀ ਹਾਂ ਵੀ ਤੇ ਉਹ ਟੀਚਰ ਮੋਬਾਈਲ ਯੂਜ਼ ਕਰੇਗਾ, ਅਸੀਂ ਮੋਬਾਈਲ ਕਿਉਂ ਨਾ ਯੂਜ਼ ਕਰੀਏ। ਮੈਂ ਕਿਹਾ ਤੁਸੀਂ ਨਿਊਰੋ ਦਾ ਡਾਕਟਰ ਹੋ, ਕਦੀ ਕੋਈ ਪੇਸ਼ੈਂਟ ਅਜਿਹਾ ਆਇਆ ਜਿਸ